ਮਲੂਕਾ ਸਾਹਿਬ ਯੂ ਟਰਨ ਤੁਸੀਂ ਲੈ ਗਏ ਕਿ ਬਾਦਲ ਸਾਹਿਬ ਨੇ ਮਨਾ ਲਿਆ ਲੰਚ ਕਰਵਾ ਕੇ ਤੁਹਾਡੇ ਨਾਲ ਜਿਹੜੀ ਕੰਮ ਦੀ ਸੌਖ ਲੱਗੇ ਪ੍ਰਧਾਨ ਨੂੰ ਉਸ ਲੋਟੋ ਪ੍ਰਧਾਨ ਜੀ ਕਰ ਲੈਣੇ ਜਗਮੀਤ ਸਿੰਘ ਬਰਾੜ ਹੀ ਸੀਗਾ ਮਜਬੂਰੀ ਪਾਰਟੀ ਦੀ ਉਹਨੂੰ ਟਿਕਟ ਦੇਣੀ ਪੈਣੀ ਸੀ ਉਧਰ ਕੋਈ ਸੀਟ ਹੋਰ ਖਾਲੀ ਨਹੀਂ ਸੀ ਜਗਮੀਤ ਬਰਾੜ ਬੇਈਮਾਨੀ ਕਰਨ ਵਾਲੇ ਕੈਂਡੀਡੇਟ ਲੱਗਦੇ ਤੁਹਾਨੂੰ ਫਿਰ ਇਹਨਾਂ ਕੀਤੀਆਂ ਨੇ ਪਿਛਲੇ ਸਮੇਂ 'ਚ ਜਿਹੜਾ ਫੇਰੀਆਂ ਲੋਕਾਂ ਨੇ ਮੈਨੂੰ ਵਰਤਿਆ ਤੇ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਦਿਲੋਂ ਹੀ ਪਾਉਣਾ ਜੇ ਮੈਨੂੰ ਕੋਈ ਠੱਗੀ ਕਰ ਜਾਂਦਾ ਉਹਦੀ ਮਰਜ਼ੀ ਬਈ ਕਿੰਨੇ ਵਰਤਿਆ ਅੱਜ ਦੱਸ ਦਿਓ ਟੱਕੇ ਰਹਿਣ ਦੇ ਕੰਮ ਕਦੇ ਫੇਰ ਮੌਕਾ ਆਇਆ ਜ਼ਰੂਰ ਦੱਸ ਦਿਆਂਗੇ ਪ੍ਰਧਾਨ ਨੂੰ ਆਪਦੇ ਫੈਸਲਿਆਂ ਤੇ ਗੌਰ ਕਰਨਾ ਚਾਹੀਦਾ ਹੈ ਸਲਾਹ مشورہ ਸਾਰਿਆਂ ਨਾਲ ਕਰਨਾ ਚਾਹੀਦਾ ਮਲੂਕਾ ਸਾਹਿਬ ਉਹ ਬਿਆਨ ਬਦਲ ਗਏ ਤੁਹਾਡੇ ਨਹੀਂ ਮੈਂ ਕਦੇ ਬਿਆਨ ਨਹੀਂ ਬਦਲਦਾ ਮੈਂ ਹੁਣ ਵੀ ਕਹਿਣਾ ਹੈ ਕਿ ਸਲਾਹ مشورہ ਚੰਗਾ ਹੁੰਦਾ ਹਮੇਸ਼ਾ ਉਹਦਾ ਫਾਇਦਾ ਹੁੰਦਾ ਹੈ ਤੇ ਜਿਹੜਾ ਮੋਗੇ ਵਿੱਚ ਸਾਰਾ ਕੁਝ ਹੋਇਆ ਮਲੂਕਾ ਸਾਹਿਬ ਕਿਹਨੇ ਕੀਤਾ ਨਹੀਂ ਅਸੀਂ ਤਾਂ ਨਾਂ ਪੇਸ਼ ਕਰਦੇ ਪਿੰਡ ਦੱਸਦੇ ਉਹਨਾਂ ਦੀ ਪਾਰਟੀ ਦੱਸਦੀ ਪਿੰਡਾਂ ਦੇ ਉਹਦੇ ਦੱਸਦੇ ਉਹਨਾਂ ਕੋਲੇ ਕਿਸਾਨਾਂ ਤੇ ਪਰਚੇ ਰੱਦ ਹੋਣੇ ਚਾਹੀਦੇ ਆ ਇਸ ਮਾਮਲੇ ਤੁਸੀਂ ਬੋਲਦੇ ਹੀ ਨਹੀਂ ਪਏ ਮਲੂਕਾ ਸਾਹਿਬ ਪਰ ਕਿਸਾਨਾਂ ਦੇ ਭੇਸ ਦੇ ਵਿੱਚ ਜਿਹੜੇ ਚੋਰ ਫਿਰਦੇ ਆ ਇਹਨਾਂ ਦੇ ਹੋ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਨਹੀਂ ਕਿਸਾਨ ਇਹ ਕਹਿੰਦੇ ਪਏ ਆ ਅਕਾਲੀ ਦਲ ਨੂੰ ਇੰਨੀ ਕਾਲੀ ਕਿਉਂ ਪੈ ਗਈ ਰੈਲੀਆਂ ਥੋੜਾ ਜਿਹਾ ਦੇਰ ਨਾ ਕਰ ਲੈਂਦੇ ਉਹ ਆਪਦਾ ਕੰਮ ਕਰੀ ਜਾਂਦੇ ਉਹਦੇ ਤੇ ਅਸੀਂ ਵੀ ਖੁਸ਼ ਆ ਸਾਨੂੰ ਆਪਦਾ ਕਰਨ ਦੇ ਜਸਟਿਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਇਸ ਮੌਕੇ ਕਿਸਾਨਾਂ ਨਾਲ ਸਿੱਧਾ ਸਿੱਧਾ ਟਕਰਾਅ ਹੋਇਆ ਪਿਆ ਪਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਸਾਡਾ ਕੋਈ ਟਕਰਾਅ ਨਹੀਂ ਗਾ ਜੋ ਕਿਸਾਨ ਕਹਿਣਗੇ ਅਸੀਂ ਉਹ ਮੰਨਾਂਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਟਿਕਟਾਂ ਵਿੱਚ ਵੀ ਟਕਰਾਅ ਚੱਲਦਾ ਪਿਆ ਪਰ ਉਸ ਟਕਰਾਅ ਦੇ ਵਿਚਾਲੇ ਸਿਕੰਦਰ ਸਿੰਘ ਮਲੂਕਾ ਦੇ ਘਰ ਮੁਲਾਕਾਤ ਹੋ ਜਾਂਦੀ ਹੈ ਸੁਖਬੀਰ ਸਿੰਘ ਬਾਲ ਦੇ ਨਾਲ ਉਹ ਕਿਹੜੇ ਘਰ ਮੁਲਾਕਾਤ ਹੁੰਦੀ ਹੈ ਸਵਾਲ ਇਹ ਨਹੀਂ ਹੈਗਾ ਸਵਾਲ ਇਹ ਹੈਗਾ ਕਿ ਲੰਚ ਡਿਪਲੋਮੈਸੀ ਦੇ ਵਿਚਾਲੇ ਸਿਕੰਦਰ ਸਿੰਘ ਮਲੂਕਾ ਮੰਨ ਕਿਵੇਂ ਜਾਂਦੇ ਆ ਕਿਉਂਕਿ ਮਲੂਕਾ ਸਾਹਿਬ ਨੇ ਬਹੁਤ ਸਵਾਲ ਚੁੱਕੇ ਸੀ ਅਤੇ ਮਲੂਕਾ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਆ ਸਾਬਕਾ ਮੰਤਰੀ ਨੇ ਸਿਕੰਦਰ ਸਿੰਘ ਮਲੂਕਾ ਸਰ ਬਹੁਤ ਸਵਾਗਤ ਹੈ ਸਰ ਤੁਹਾਡਾ ਮੇਰੇ ਵੀ ਸਾਰਾ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਲੂਕਾ ਸਾਹਿਬ ਯੂ ਟਰਨ ਤੁਸੀਂ ਲੈ ਗਏ ਕਿ ਬਾਦਲ ਸਾਹਿਬ ਨੇ ਮਨਾ ਲਿਆ ਲੰਚ ਕਰਵਾ ਕੇ ਤੁਹਾਡੇ ਨਾਲ ਨਹੀਂ ਯੂ ਟਰਨ ਕਿਸੇ ਨੇ ਵੀ ਨਹੀਂ ਲਿਆ ਰਲ ਮਿਲ ਕੇ ਬੈਠ ਕੇ ਨਾਲੇ ਪ੍ਰੇਮ ਨਾਲ ਖਾਣਾ ਖਾਧਾ ਨਾਲੇ ਗੱਲਾਂ ਬਾਤਾਂ ਕਰ ਲਈਆਂ ਜਿਹੜੀਆਂ ਗਲਤ ਫਹਿਮੀਆਂ ਸੀ ਬੜੀਆਂ ਮੋਟੀਆਂ ਦੂਰ ਹੋ ਗਈਆਂ ਗਲਤ ਫਹਿਮੀ ਕੀ ਸੀ ਤੁਸੀਂ ਦੋ ਟਿਕਟਾਂ ਮੰਗਦੇ ਸੀਗੇ ਨਹੀਂ ਦੋ ਟਿਕਟਾਂ ਨਹੀਂ ਕੋਈ ਮੰਗਦੇ ਹੁੰਦੇ ਜੀ ਕੰਮ ਹੀ ਅਸੀਂ ਦੋ ਥਾਂ ਤੇ ਕਰ ਰਹੇ ਸੀ ਸਾਲ ਡੇਢ ਸਾਲ ਤੋਂ ਮੌੜ ਮੰਡੀ ਤੇ ਰਾਮਪੁਰਾ ਪੂਲ ਦੇ ਵਿੱਚ ਮੇਰਾ ਬੇਟਾ ਕਰ ਰਿਹਾ ਸੀ ਮੌੜ ਮੰਡੀ ਤੇ ਮੇਰੀ ਡਿਊਟੀ ਲੱਗੀ ਹੋਈ ਸੀ ਤੇ ਮੌੜ ਮੰਡੀ ਦੇ ਲੋਕਾਂ ਦਾ ਪਿਆਰ ਪੂਰ ਇੰਨਾ ਜ਼ਿਆਦਾ ਪੈ ਗਿਆ ਸੀ ਉਹ ਕਹਿੰਦੇ ਸੀ ਵੀ ਤੁਸੀਂ ਚੋਣ ਲੜੋ ਕਾਫੀ ਬੰਦੇ ਪਿੱਛੇ ਸੇਖੋਂ ਸਾਹਿਬ ਨਾਲ ਰੁੱਸੇ ਹੋਏ ਸੀ ਉਹ ਸਾਰੇ ਇਸ ਸ਼ਰਤ ਤੇ ਮੰਨੇ ਸੀ ਕਿ ਜੇ ਤੁਸੀਂ ਚੋਣ ਲੜੋਗੇ ਤਾਂ ਅਸੀਂ ਮੰਨਾਂਗੇ ਨਹੀਂ ਸੀ ਮੰਨਦੇ ਨਹੀਂ ਹੈਗੇ ਹੋਰ ਕੋਈ ਗੱਲ ਨਹੀਂ ਸੀਗੀ ਚਲੋ ਪਾਰਟੀ ਦੀ ਕੋਈ ਮਜਬੂਰੀ ਹੁੰਦੀ ਅੱਜ ਉਹਨਾਂ ਨੇ ਸਾਰਾ ਦੱਸਤਾ ਕਿ ਆਹ ਸਾਡੀਆਂ ਮਜਬੂਰੀਆਂ ਨੇ ਪ੍ਰੋਬਲਮਾਂ ਨੇ ਇਸ ਕਰਕੇ ਨਹੀਂ ਤੁਹਾਨੂੰ ਹੀ ਲੜਾਉਣੀ ਸੀ ਮੌੜ ਮੰਡੀ ਤੋਂ ਚੋਣ ਪਰ ਇੰਨੀ ਕੁ ਮਜਬੂਰੀ ਆ ਗਈ ਕਿ ਸਰਦਾਰ ਜਗਵੀਰ ਸਿੰਘ ਬਰਾੜ ਕਾਫੀ ਸੀਨੀਅਰ ਲੀਡਰ ਨੇ ਪਾਰਟੀ ਵਿੱਚ ਸਾਡੇ ਸ਼ਾਮਿਲ ਹੋਏ ਨੇ ਉਹਨਾਂ ਦੀ ਕਿਤੇ ਹੋਰ ਸੈਟਿੰਗ ਨਹੀਂ ਸੀ ਹੁੰਦੀ ਇਸ ਕਰਕੇ ਮੌੜ ਉਹਨਾਂ ਦੀ ਸੈਟਿੰਗ ਕਰਨੀ ਪਈ ਤੇ ਮੈਂ ਉਹ ਪਾਰਟੀ ਦਾ ਫੈਸਲਾ ਜਿਹੜਾ ਹੈਗਾ ਉਹ ਮੰਨ ਲਿਆ ਨਹੀਂ ਮਜਬੂਰੀ ਜਗਮੀਤ ਸਿੰਘ ਬਰਾੜ ਸੀ ਜਾਂ ਕੋਈ ਹੋਰ ਮਜਬੂਰੀ ਆ ਜਿਹੜੀ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਸਾਂਝੀ ਨਹੀਂ ਕਰ ਸਕਦਾ ਨਹੀਂ 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 ਜਗਮੀਤ ਸਿੰਘ ਬਰਾੜ ਹੀ ਸੀਗਾ ਮਜਬੂਰੀ ਪਾਰਟੀ ਦੀ ਉਹਨੂੰ ਟਿਕਟ ਦੇਣੀ ਪੈਣੀ ਸੀ ਉਧਰ ਕੋਈ ਸੀਟ ਹੋਰ ਖਾਲੀ ਨਹੀਂ ਸੀ ਮੌੜ ਸੀਟ ਹੀ ਇੱਕ ਖਾਲੀ ਸੀ ਉਹ ਫਿਰ ਪਾਰਟੀ ਕਹਿੰਦੀ ਵੀ ਚਲੋ ਕੋਈ ਫਰਕ ਨਹੀਂ ਹੈਗਾ ਅਸੀਂ ਆਖਿਆ ਜੀ ਠੀਕ ਹੈ ਕੋਈ ਗੱਲ ਨਹੀਂ ਪਾਰਟੀ ਦੀ ਮਜਬੂਰੀ ਹੈ ਇਹ ਵੀ ਬੰਦਾ ਪਾਰਟੀ ਦੇ ਹੀ ਆਪਾਂ ਲੜਾਉਣਾ ਹੀ ਹੈ ਲੜਾ ਲਓ ਕੋਈ ਗੱਲ ਨਹੀਂ ਮੋੜ ਹਲਕੇ ਨੂੰ ਟ੍ਰੇਨਿੰਗ ਸਕੂਲ ਵੀ ਮੰਨਿਆ ਜਾਂਦਾ ਮਲੂਕਾ ਸਾਹਿਬ ਤੁਹਾਨੂੰ ਪਤਾ ਇਸ ਬਾਬਤ ਮੈਨੂੰ ਕੋਈ ਜ਼ਿਆਦਾ ਦੱਸਣ ਜ਼ਰੂਰਤ ਨਹੀਂ ਹੈਗੀ ਜੋ ਉਹਦਾ ਹਲਕਾ ਹੋਂਦ ਵਿੱਚ ਆਇਆ 2009 ਦੇ ਵਿੱਚ ਉਹ ਤੋਂ ਹੀ ਟ੍ਰੇਨਿੰਗ ਸਕੂਲ ਇਹਨੂੰ ਬਣਾਇਆ ਗਿਆ ਤੇ ਮਲੂਕਾ ਸਾਹਿਬ ਵੀ ਇਸ ਟ੍ਰੇਨਿੰਗ ਦੇ ਵਿਚਾਲੇ ਜਲਦੀ ਜਲਦੀ ਸੀਟ ਜਿੱਤਣਾ ਚਾਹੁੰਦੇ ਸੀਗੇ ਨਹੀਂ ਨਹੀਂ ਜਲਦੀ ਜਲਦੀ ਤਾਂ ਸੀਟ ਕਿਵੇਂ ਜਿੱਤੀ ਜਾਊਗੀ ਸੀਟ ਤਾਂ ਉਦੋਂ ਹੀ ਜਿੱਤੀ ਜਾਊ ਜਦੋਂ ਵੋਟਾਂ ਪੈਣਗੀਆਂ ਕੰਮ ਕਰ ਰਹੇ ਸੀ ਆਪਾਂ ਤਾਂ ਦਿਲ ਆ ਕੇ ਕੰਮ ਕਰ ਰਹੇ ਸੀ ਹੁਣ ਉੱਥੇ ਬਰਾੜ ਸਾਹਿਬ ਆ ਗਏ ਉਹ ਵੀ ਕੰਮ ਕਰਨਗੇ ਲੋਕਾਂ ਦੀ ਉਹ ਵੀ ਸੇਵਾ ਕਰਨਗੇ ਆਪੇ ਲੋਕਾਂ ਦੇ ਨਾਲ ਤਾਲਮੇਲ ਕਰਨਗੇ ਹੌਲੀ ਹੌਲੀ ਪਿਆਰ ਬਣਾ ਲੈਣਗੇ ਲੋਕਾਂ ਦਾ ਮਲੂਕਾ ਸਾਹਿਬ ਜਿੰਨੀ ਕੁ ਸਾਨੂੰ ਸਮਝ ਆ ਸਿਆਸਤ ਵਿੱਚ ਕਹਿੰਦੇ ਜਿਹੜੀਆਂ ਜੱਫੀਆਂ ਪੈਂਦੀਆਂ ਹੁੰਦੀਆਂ ਉਹ ਦਿਖਦੀਆਂ ਹੁੰਦੀਆਂ ਅਸਲ 'ਚ ਹੁੰਦੀਆਂ ਨੇਗੀਆਂ ਮਲੂਕਾ ਸਾਹਿਬ ਜਿਹੜੀ ਤੁਸੀਂ ਜੱਫੀ ਪਾਈ ਹੈ ਤੁਹਾਡੀ ਜੱਫੀ ਤੇ ਵੀ ਸਵਾਲ ਆ ਕਿ ਬਰਾੜ ਸਾਹਿਬ ਮਲੂਕਾ ਸਾਹਿਬ ਤੁਰਦੇ ਨਹੀਂ ਜ਼ੋਰ ਲਾ ਲਓ ਜਿੰਨਾ ਮਰਜ਼ੀ ਨਹੀਂ ਮੈਂ ਕਦੇ ਆਪਦੀ ਜ਼ਿੰਦਗੀ ਦੇ ਵਿੱਚ ਬੇਈਮਾਨੀ ਨਾਲ ਕੰਮ ਨਹੀਂ ਕੀਤਾ ਜੀ ਮੈਂ ਜਿਹੜੀ ਢਿੱਡ 'ਚੋਂ ਬਾਹਰ ਕੱਢ ਦਿੰਦਾ ਹੁਣ ਮੈਂ ਕਦੇ ਲੁਕੋ ਕੇ ਨਹੀਂ ਰੱਖਦਾ ਮੈਨੂੰ ਬਥੇਰਾ ਕਹਿਣ ਦੇ ਲੋਕ ਮਾੜਾ ਮੋਟਾ ਝੂਠ ਬੋਲਦਿਆ ਕਰੋ ਮੈਂ ਕਿਹਾ ਨਹੀਂ ਇਹ ਮੈਥੋਂ ਹੁੰਦਾ ਨਹੀਂ ਸੋ ਇਸ ਕਰਕੇ ਜਦੋਂ ਮੈਨੂੰ ਪਾਰਟੀ ਦੀ ਟਿਕਟ ਅਨਾਊਂਸ ਹੋਈ ਸੀ ਤੇ ਮੈਨੂੰ ਪੁੱਛਿਆ ਪ੍ਰੈਸ ਵਾਲਿਆਂ ਨੇ ਜੀ ਤੁਹਾਨੂੰ ਪੁੱਛਿਆ ਮੈਨੂੰ ਨਹੀਂ ਸੀ ਪੁੱਛਿਆ ਮੈਂ ਕਿਹਾ ਤਾਂ ਨਹੀਂ ਪੁੱਛਿਆ ਕਈ ਬੰਦੇ ਸਾਡੇ ਕਹਿੰਦੇ ਜੀ ਇਹ ਨਹੀਂ ਕਹਿਣਾ ਸੀ ਮੈਂ ਕਿਹਾ ਵੀ ਮੈਥੋਂ ਨਹੀਂ ਝੂਠ ਬੋਲੀਦਾ ਜਦੋਂ ਮੈਥੋਂ ਨਹੀਂ ਪੁੱਛਿਆ ਮੈਂ ਕਿਹਾ ਤਾਂ ਨਹੀਂ ਪੁੱਛਿਆ ਸੋ ਹੁਣ ਵੀ ਮੈਂ ਕਹਿੰਦਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਅਸੀਂ ਜਿਹਨੂੰ ਜੱਫੀ ਪਾਵਾਂਗੇ ਅਸੀਂ ਤਾਂ ਪਿਆਰ ਨਹੀਂ ਪਾਉਂਦੇ ਆ ਜੇ ਕੋਈ ਸਾਡੇ ਨਾਲ ਬੇਈਮਾਨੀ ਕਰ ਜਾਂਦਾ ਉਹ ਵੱਖਰੀ ਗੱਲ ਆ ਨੇ ਜਗਮੀਤ ਬਰਾੜ ਬੇਈਮਾਨੀ ਕਰਨ ਵਾਲੇ ਕੈਂਡੀਡੇਟ ਲੱਗਦੇ ਤੁਹਾਨੂੰ ਨਹੀਂ ਮੈਂ ਕੋਈ ਜਗਮੀਤ ਬਰਾੜ ਦਾ ਨਾਂ ਥੋੜੋ ਲਿਆ ਮੈਂ ਤਾਂ ਕਿਹਾ ਮੈਂ ਤਾਂ ਜੱਫੀ ਪਿਆਰ ਨਹੀਂ ਪਾਉਣਾ ਹਰੇਕ ਬੰਦੇ ਨੂੰ
ਕਿੰਨੇ ਵਰਤੇ ਅੱਜ ਦੱਸ ਦੋ ਮਲੂਕਾ ਸਾਹਿਬ, ਦਿਲ ਖੋਲ ਕੇ ਕੋਈ ਤਾਂ ਦਿਲ ਖੋਲ ਕੇ ਗੱਲਾਂ ਕਰਦੇ ਹਾਂ ਮਲੂਕਾ ਸਾਹਿਬ, ਅੱਜ ਖੋਲ ਦੋ ਟੱਕੇ ਰਹਿਣ ਦੇ ਕੰਮ, ਕਦੇ ਫੇਰ ਮੌਕਾ ਆਇਆ ਜ਼ਰੂਰ ਦੱਸ ਦੇਾਂਗੇ। ਮਲੂਕਾ ਸਾਹਿਬ ਰਾਮਪੁਰਾ ਫੂਲ ਤੋਂ ਭੱਜਦੇ ਪਏ ਹੋ ਤੁਸੀਂ, ਡਰ ਲੱਗਦਾ ਰਾਮਪੁਰਾ ਫੂਲ ਤੋਂ? ਨਹੀਂ ਨਹੀਂ, ਰਾਮਪੁਰਾ ਫੂਲ ਤਾਂ ਇੰਨਾ ਪਾਪੂਲਰ ਹਲਕਾ ਸਾਡੇ ਵਾਸਤੇ, ਉਹਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਰਿਹਾ, ਰੌਲਾ ਹੀ ਨਹੀਂ ਸੀਗਾ ਰਾਮਪੁਰੇ ਤੋਂ। ਅਸੀਂ ਮੈਂ ਭੱਜਾ ਤਾਂ ਜੇ ਕੋਈ ਇੱਥੇ ਹੋਰ ਲੜਦਾ ਹੋਵੇ ਆ ਕੇ, ਲੜਦਾ ਤਾਂ ਮੇਰਾ ਬੇਟਾ, ਤੇ ਮੈਂ ਆਪਦੇ ਬੇਟੇ ਨੂੰ ਫਸਾ ਕੇ ਥੋੜੋ ਭੱਜਣਾ, ਵੀ ਮੈਂ ਉਹਨੂੰ ਫਸਾ ਕੇ ਇੱਥੋਂ ਭੱਜ ਰਿਹਾ। ਜੇ ਤਾਂ ਕੋਈ ਹੋਰ ਬੰਦਾ ਆਵੇ ਨਾ, ਫਿਰ ਤਾਂ ਮੈਂ ਮੰਨਾ ਵੀ ਮੇਰੀ ਥਾਂ ਤੇ ਕੋਈ ਹੋਰ ਆਇਆ ਤੇ ਮੈਂ ਡਰਦਾ ਭੱਜ ਗਿਆ, ਇਹ ਹਲਕਾ ਮਾੜਾ ਸੀਗਾ, ਲੜਦਾ ਉੱਥੋਂ ਮੇਰਾ ਬੇਟਾ ਰਿਹਾ, ਭੱਜਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਮਲੂਕਾ ਸਾਹਿਬ, ਤੁਹਾਡੀ ਬੜੀ ਪੁਰਾਣੀ ਪੋਲਿਟਿਕਸ ਆ, ਚਾਰ ਦਹਾਕਿਆਂ ਤੋਂ ਵੱਧ ਦੇ ਤੁਸੀਂ ਸਿਆਸਤ ਵਿੱਚੋਂ। ਮਲੂਕਾ ਸਾਹਿਬ, ਸਵਾਲ ਇਹ ਆ, ਤੁਸੀਂ ਇਹ ਕਿਹਾ ਸੀਗਾ ਕਿ ਮੇਰਾ ਵੇਲਾ ਬਹੁਤ ਹੋ ਗਿਆ, ਹੁਣ ਜਵਾਨਾਂ ਨੂੰ ਅੱਗੇ ਕਰਨਾ ਚਾਹੀਦਾ, ਅਤੇ ਹੁਣ ਪੁੱਤ ਤਾਂ ਫਿਰ ਪਿੱਛੇ ਰਹਿ ਗਿਆ ਮਲੂਕਾ ਸਾਹਿਬ। ਮੈਂ ਮੇਰਾ ਹੋ ਗਏ 46 ਸਾਲ ਹੋ ਗਏ ਪਾਰਟੀ ਦੇ ਵਿੱਚ ਕੰਮ ਕਰਦੇ ਨੂੰ, ਅਕਾਲੀ ਦਲ ਦੇ ਵਿੱਚ ਕੰਮ ਕਰਦੇ ਨੂੰ, ਬਾਦਲ ਫੈਮਿਲੀ ਦੇ ਨਾਲ ਰਲ ਕੇ ਕੰਮ ਕਰਦੇ ਨੂੰ। ਮੈਂ ਆਪ ਚਾਹੁੰਦਾ ਸੀ ਕਿ ਹੁਣ ਬਹੁਤ ਚਿਰ ਹੋ ਗਿਆ ਸਿਆਸਤ ਕਰਦਿਆਂ ਨੂੰ, ਹੁਣ ਨਵੀਂ ਪੀੜ੍ਹੀ ਨੂੰ ਟਾਈਮ ਦੇਈਏ। ਇਹ ਮੈਂ ਅੱਜ ਪ੍ਰਧਾਨ ਜੀ ਨੂੰ ਵੀ ਕਿਹਾ ਸੀ, ਯਾਰ ਮੈਨੂੰ ਕੋਈ ਨਹੀਂ, ਮੈਨੂੰ ਤੁਸੀਂ ਸਾਰੇ ਕੰਮ ਲਾਓ ਮੇਥੋਂ, ਜਿਹੜੀ ਸੀਟ ਤੇ ਕਿਹਾ ਕਰੋਗੇ ਮੈਂ ਜਾਇਆ ਕਰੂੰਗਾ ਮਦਦ ਕਰਨ ਵਾਸਤੇ। ਤੇ ਚਲੋ ਹੁਣ ਬਹੁਤ ਸਿਆਸਤ ਕਰ ਲਈ, ਉਹਨਾਂ ਨੇ ਖੁਦ ਗੁਰਪ੍ਰੀਤ ਮਲੂਕੇ ਨੂੰ ਮਨਾਇਆ ਪ੍ਰਧਾਨ ਜੀ ਨੇ, ਵੀ ਨਹੀਂ ਕਾਕਾ ਮੈਨੂੰ ਮਲੂਕਾ ਸਾਹਿਬ ਨਾਲ, ਮੈਨੂੰ ਮੈਂ ਜੇ ਆਪਣੀ ਪਾਰਟੀ ਸੱਤਾ ਚ ਆਉਂਦੀ ਹੈ ਮੈਂ CM ਬਣਨਾ, ਤੇ ਮੈਂ ਚਾਹੁੰਦਾ ਮਲੂਕਾ ਸਾਹਿਬ ਮੇਰੇ ਨਾਲ ਹੋਣ, ਪੁਰਾਣੇ ਸਾਡੇ ਸਾਥੀ ਹੈ, ਇਸ ਕਰਕੇ ਤੂੰ ਇਹਨਾਂ ਨੂੰ ਇਹ ਕੁਰਬਾਨੀ ਤੂੰ ਕਰ। ਫਿਰ ਮਲੂਕਾ ਸਾਹਿਬ ਨੂੰ, ਉਹਨੂੰ ਗੁਰਪ੍ਰੀਤ ਨੂੰ ਮਨਾ ਲਿਆ ਪ੍ਰਧਾਨ ਜੀ ਨੇ, ਫਿਰ ਮੈਂ ਕੀ ਕਰ ਸਕਦਾ। ਮਲੂਕਾ ਸਾਹਿਬ, ਇੱਕ ਸਵਾਲ ਹੋਰ ਚਰਚਾ ਵਿੱਚ ਆ ਗਿਆ ਸੀਗਾ, ਕਹਿੰਦੇ ਜਿਵੇਂ ਸੇਖਵਾਂ ਸਾਹਿਬ, ਬ੍ਰਹਮਪੁਰਾ ਸਾਹਿਬ, ਢੀਂਡਸਾ ਸਾਹਿਬ, ਇਹਨਾਂ ਦੇ ਮੁੰਡਿਆਂ ਨੂੰ ਅੱਗੇ ਕਰਕੇ ਇਹਨਾਂ ਨੂੰ ਪਾਸੇ ਕੀਤਾ ਗਿਆ, ਐਵੇਂ ਮਲੂਕਾ ਸਾਹਿਬ ਦੇ ਮੁੰਡੇ ਨੂੰ ਅੱਗੇ ਕਰਕੇ ਮਲੂਕਾ ਸਾਹਿਬ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਨੂੰ ਇਉਂ ਲੱਗਦਾ ਸੀ ਮਲੂਕਾ ਸਾਹਿਬ? ਨਹੀਂ, ਉਹ ਨਾ, ਨਹੀਂ ਉਹ ਤਾਂ ਕਰ ਨਹੀਂ ਰਹੇ ਮੈਨੂੰ ਪਾਸੇ, ਉਹ ਤਾਂ ਮੈਨੂੰ ਕਹਿੰਦੇ ਵੀ ਤੂੰ ਲੜ ਮਲੂਕਾ ਸਾਹਿਬ, ਮੁੰਡੇ ਨੂੰ ਤਾਂ ਲੜਾਉਂਦੇ ਹੀ ਨਹੀਂ, ਉਹ ਤਾਂ ਮੈਨੂੰ ਲੜਾ ਰਹੇ ਸੀਗਾ, ਦੀ ਪਾਸੇ ਤਾਂ ਕਰ ਹੀ ਨਹੀਂ ਰਹੇ ਮੈਨੂੰ। ਤੁਸੀਂ ਮੁੰਡੇ ਨੂੰ ਆਪ ਅੱਗੇ ਕਰਕੇ ਆਪ ਪਾਸੇ ਹੋਣਾ ਚਾਹੁੰਦੇ ਸੀਗੇ? ਹਾਂ ਹਾਂ, ਮੈਂ ਆਪ ਚਾਹੁੰਦਾ ਸੀ, ਮੈਂ ਚਾਹੁੰਦਾ ਸੀ। ਹੁਣ ਬਥੇਰਾ ਚਿਰ ਲੰਬਾ ਸਿਆਸਤ ਕਰ ਲਈ ਹੈ, ਚਲੋ ਹੁਣ ਬੱਚੇ ਵੀ ਵੱਡੇ ਵੱਡੇ ਜਵਾਨ ਹੋ ਗਏ, ਪੜ੍ਹੇ ਲਿਖੇ ਹੈਗੇ, ਇਹਨਾਂ ਨੂੰ ਕਰਨਗੇ ਮੌਕਾ ਨਵੀਂ ਸਿਆਸਤ। ਤੇ ਫਿਰ ਦੂਜੀ ਟਿਕਟ ਕਿਹਨੂੰ ਦਿਵਾਉਣੀ ਸੀ ਤੁਸੀਂ? ਦੋ ਟਿਕਟਾਂ ਚਾਹੀਦੀਆਂ ਸੀ ਤੁਹਾਨੂੰ ਪਰਿਵਾਰ ਵਿੱਚ? ਨਹੀਂ, ਮੈਂ ਉਹ ਨਹੀਂ ਕਹਿੰਦਾ ਹੁੰਦਾ ਪਾਰਟੀ ਨੂੰ, ਮੈਂ ਕਹਿੰਦਾ ਪਾਰਟੀ ਇੱਕ ਸੂਲ ਬਣਾ ਲੇ, ਜਦ ਤੱਕ ਇੱਕ ਫੈਸਲਾ ਕਰ ਲਈਏ ਕਿ ਇੱਕ ਪਰਿਵਾਰ ਨੂੰ ਇੱਕੋ ਹੀ ਦੇਣੀ ਹੈ ਤੇ ਠੀਕ ਹੈ, ਵਧੀਆ ਫੈਸਲਾ, ਚੰਗਾ ਫੈਸਲਾ, ਇਹਦੇ ਨਾਲ ਕੋਈ ਕੰਟਰੋਵਰਸੀ ਆਉਂਦੀ ਨਹੀਂ। ਪਰ ਫਿਰ ਜੇ ਕਿਤੇ ਦੋ ਦੇਣੀਆਂ ਪੈਂਦੀਆਂ ਨੇ ਤਾਂ ਉੱਥੇ ਇਹ ਵੇਖ ਲਓ ਕਿ ਜਿੱਤ ਕੌਣ ਸਕਦਾ। ਜੇ ਤਾਂ ਦੋਨੇ ਜਿੱਤ ਸਕਦੇ ਆ ਤਾਂ ਦੋ ਦੇ ਦਿਓ, ਇੱਕ ਜਿੱਤ ਸਕਦੇ ਇੱਕ ਜੇ ਦਿਓ, ਜੇ ਕੋਈ ਵੀ ਨਹੀਂ ਜਿੱਤ ਸਕਦੇ ਫਿਰ ਨਾ ਦਿਓ। ਇਹ ਮੈਂ ਤਾਂ ਕਹਿੰਦਾ ਸੀ ਐਰਕੀ ਦੀ ਵਾਰੀ ਸਾਡੀ ਪਾਰਟੀ ਵਾਸਤੇ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ, ਤੇ ਤੁਸੀਂ ਉੱਥੇ ਹੀ ਟਿਕਟਾਂ ਦਿਓ, ਜਿਹੜਾ ਬੰਦਾ ਜਿੱਤ ਸਕਦਾ ਉਹਨੂੰ ਦੇ ਦਿਓ, ਭਾਵੇਂ ਕੋਈ ਹੈ। ਮੈਂ ਤਾਂ ਇਹ ਫਾਰਮੂਲਾ ਰੱਖਿਆ ਸੀ ਕਿ ਐਰਕੀ ਕੋਈ ਮਾੜਾ ਕੈਂਡੀਡੇਟ ਨਾ ਖੜਾ ਕਰੋ, ਚੰਗੇ ਕੈਂਡੀਡੇਟ ਖੜੇ ਕਰੋ ਜਿਹੜੇ ਜਿੱਤਣ ਦੀ ਸਮਰੱਥਾ ਰੱਖਦੇ ਹੋਣ, ਜਿਹੜੇ ਲੋਕਾਂ ਦੇ ਵਿੱਚ ਪਾਪੂਲਰ ਹੋਣ, ਜਿਹਨੂੰ ਲੋਕ ਚਾਹੁੰਦੇ ਹੋਣ। ਇੰਨਾ ਫੈਸਲਾ ਸੀ ਮੇਰਾ, ਔਰ ਬਾਕੀ ਤਾਂ ਫੈਸਲੇ ਪਾਰਟੀ ਜੋ ਕਰਦੀ ਹੈ ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਨਹੀਂ ਮਲੂਕਾ ਸਾਹਿਬ, ਤੁਸੀਂ ਬੜੇ ਪੁਰਾਣੇ ਸਿਆਸਤਦਾਨ ਆ, ਖੁੱਲ੍ਹ ਕੇ ਗੱਲ ਰੱਖੋ ਤੁਸੀਂ ਆਪਣੀ। ਤੁਸੀਂ ਚਾਹੁੰਦੇ ਹੋ ਕਿ ਪਰਿਵਾਰ ਵਿੱਚ ਦੋ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ, ਤੁਸੀਂ ਇਹ ਮੰਨਦੇ ਹੋ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਸਾਡੇ ਸੰਵਿਧਾਨ ਦੇ ਵਿੱਚ ਹੀ ਲਿਖਿਆ ਪਾਰਟੀ ਦੇ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਹੀ ਮਿਲੂਗੀ, ਪਾਰਟੀ ਦੇ ਸੰਵਿਧਾਨ ਦੇ ਵਿੱਚ ਹੀ ਲਿਖਿਆ ਅਕਾਲੀ ਦਲ ਦੇ। ਮੈਂ ਵੀ ਇਸ ਗੱਲ ਦਾ ਮੈਂ ਅੱਜ ਵੀ ਕਹਿੰਦਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੈਂ ਰੈਜੂਲੇਸ਼ਨ ਕਰ ਦਿੰਦਾ ਪੇਸ਼ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਮਿਲੇ, ਪਰ ਜੇ ਤੁਸੀਂ ਹੋਰ ਕੁਝ ਪਰਿਵਾਰਾਂ ਨੂੰ ਦੋ ਟਿਕਟਾਂ ਦੇਣਗੇ ਤੇ ਫਿਰ ਸਾਡਾ ਪਰਿਵਾਰ ਵੀ ਕਲੇਮ ਕਰਦਾ। ਤੁਸੀਂ ਆਪ ਹੀ ਸਾਡੀ ਡਿਊਟੀ ਲਾਈ ਹੈ ਦੋ ਹਲਕਿਆਂ 'ਚ, ਅਸੀਂ ਆਪ ਤਾਂ ਲਾਈ ਨਹੀਂ, ਤੁਸੀਂ ਲਾਈ ਹੈ। ਪਰ ਫਿਰ ਜੇ ਕੋਈ ਪਾਰਟੀ ਦੀ ਮਜਬੂਰੀ ਹੈ, ਮੈਂ ਕਿਹਾ ਵੀ ਜੇ ਤਾਂ ਅਸੀਂ ਦੋ ਜਿੱਤ ਸਕਦੇ ਹਾਂ ਤਾਂ ਸਾਨੂੰ ਦੋ ਦੇ ਦਿਓ, ਜੇ ਅਸੀਂ ਨਹੀਂ ਦੋ ਜਿੱਤ ਸਕਦੇ ਬਿਲਕੁਲ ਨਾ ਦਿਓ, ਜੇ ਅਸੀਂ ਇੱਕ ਜਿੱਤ ਸਕਦੇ ਸਾਨੂੰ ਇੱਕ ਦੇ ਦਿਓ, ਜੇ ਅਸੀਂ ਇੱਕ ਵੀ ਨਹੀਂ ਜਿੱਤ ਸਕਦੇ ਸਾਨੂੰ ਕੋਈ ਵੀ ਨਾ ਦਿਓ, ਅਸੀਂ ਖੁਸ਼ ਹਾਂ ਜਿੱਥੇ ਡਿਊਟੀ ਲਾਓਗੇ ਨਿਭਾਵਾਂਗੇ। ਸੋ ਪਾਰਟੀ ਪ੍ਰਧਾਨ ਦੇ ਫੈਸਲੇ ਆ, ਪਾਰਟੀ ਪ੍ਰਧਾਨ ਦੇ ਅਸੀਂ ਸਾਰੇ ਨਾਲ ਹੈ, ਜਿਵੇਂ ਉਹਨਾਂ ਨੂੰ ਠੀਕ ਲੱਗਦਾ ਹੈ ਉਸੇ ਗੱਲ ਦੇ ਉੱਤੇ ਅਸੀਂ ਸਹਿਮਤ ਹੈ। ਚਲੋ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਮਲੂਕਾ ਸਾਹਿਬ, ਤੁਹਾਡੇ ਤੋਂ ਹੋਰ ਵੀ ਸਵਾਲ ਕਰਨੇ ਆ। ਮਲੂਕਾ ਸਾਹਿਬ ਇਸ ਵਕਤ ਖੇਤਾਂ ਦੇ ਵਿੱਚ ਖੜੇ ਆ, ਅਤੇ ਖੇਤਾਂ ਦਾ ਹੀ ਮਾਮਲਾ ਬਹੁਤ ਵੱਡਾ ਹੋਇਆ ਪਿਆ, ਅਤੇ ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨਾਂ ਦੇ ਵਿਚਾਲੇ ਸਿੱਧਾ ਸਿੱਧਾ ਟਕਰਾਅ ਦਿਖਦਾ ਪਿਆ। ਪਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਜੋ ਸੰਯੁਕਤ ਕਿਸਾਨ ਮੋਰਚਾ ਕਹਿ ਦੂਗਾ, ਜਿੱਥੇ ਬੈਠਕਾਂ ਨੂੰ ਕਹਿਣਗੇ ਉੱਥੇ ਕਰ ਲਵਾਂ ਕੇ ਮੁੱਦੇ ਹੱਲ ਹੋਣੇ ਚਾਹੀਦੇ ਹੈ, ਪੰਜਾਬ ਵਿੱਚ ਸ਼ਾਂਤੀ ਬਹਾਲੀ ਰਹਿਣੀ ਚਾਹੀਦੀ ਹੈ। ਸਵਾਲ ਬਹੁਤ ਸਾਰੇ ਵਾਪਸ ਆ ਰਹੇ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਮੌਜੂਦ ਹੈ ਕਿ ਮਲੂਕਾ ਸਾਹਿਬ, ਕਿਸਾਨਾਂ ਨਾਲ ਸਿੱਧਾ ਸਿੱਧਾ ਟਕਰਾਅ ਇਸ ਵਕਤ ਤੁਹਾਡਾ ਪੇਸ਼ ਕੀਤਾ ਜਾ ਰਿਹਾ, ਅਤੇ ਕਿਸਾਨ ਇਹ ਕਹਿੰਦੇ ਆ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ, ਇੱਕ ਪਾਸੇ ਸੰਵਾਦ ਕਹਿੰਦੇ ਹੋ, ਦੂਜੇ ਪਾਸੇ ਧਮਕੀ ਦਿੰਦੇ ਹੋ। ਮਲੂਕਾ ਸਾਹਿਬ, ਨਾ ਅਸੀਂ ਕਿਸਾਨਾਂ ਨੂੰ ਧਮਕੀ ਦਿੱਤੀ ਆ,
दुनिया के कदे किसी ने नहीं दित्तियां ना हिंदुस्तान की सरकार ने दित्तियां। हुण जिहड़ी उह गल सी धमकी वाली उह किसानां नूं नहीं, उह आम आदमी पार्टी ते कांग्रेस के बंदे किसानी झंडे लैके रैलियां च रौला पाउंदे ने, उहनां नूं धमकी दित्ती है वी तुसीं इह चोर दरवाजे राहीं ना आओ, जे साडे नाल आउणा तां सामणे आओ। बाकी किसानां ने कही सी वी साडे दिल्ली मोर्चे ते असर पैंदा है, असीं उहनां नूं बेनती कीती कि इलैक्शन तां आ गई, आपां नूं लड़नी पएगी, जे इलैक्शन ना लड़ांगे फिर आपां बीजेपी दे हत्थां 'च खेल रहे होवांगे। भारतीय जनता पार्टी चाहुंदी है इत्थे कलेश पै जाए ते इलैक्शन होवे ना, ते असीं गवर्नी राज ला दईए, गवर्नी राज ला के फिर सारां नूं कुटीए। सो ये हुण किसानां दी मर्जी है, इत्थे गवर्नी रूल लवाउणा है तां उहनां दी मर्जी, असीं तां इहदे ते वी तैयार है। जे किसान चाहुंदे इत्थे सरकार बण जाए लोकां दी, गवर्नी रूल ना लगे, किसानां दी मर्जी दी सरकार बण जाए तां उह वी ठीक है। जे किसानां नूं इह आ वी उत्थे कोई बंदिआं दी कमी है, सानूं उह हफ्ता दे दिआ करन, 5-7-10 हज़ार बंदा असी भेज दिया करांगे, फिर कांग्रेस नूं हफ्ता दे देण 10 हज़ार उन्हां दे जुम्मे ला देण, फिर आम आदमी पार्टी नूं कह देण 10 हज़ार तुसीं भेजो, फिर ढींडसा ते होर जिन्ने फिरदे आ इहनां नूं कह देण वी 10 हज़ार तुसीं भेजो, महीना लंघू फिर हफ्ता शुरू कर लिया करन, असीं तैयार आ, नाले पता लग जूगा किहदे नाल लोक है, किहदे आखे लोक दिल्ली जांदे आ, नाले सारी गल दा पता लग जाया करो। नहीं जिहड़ा मोगे विच सारा कुछ होया मलूका साहब, उह किसानां ने कीता किहने कीता? नहीं असीं तां ना पेश करते पिंड दसते, उन्हां दी पार्टी दसती, पिंडां दे अहुदे दसते उन्हां कोले वी आह आम आदमी पार्टी दे बंदे आ, कांग्रेस दे बंदे आ, बकायदा लिस्ट देती सारे अखबारां छप गई, पुलिस नूं देती, आम आदमी पार्टी दे बंदे ही ते कांग्रेस दे अहुदे दारां दी लिस्ट। मलूका साहब, मलूका साहब तुसीं तस्वीरां वी जारी कीतियां, सब कुछ कीता, मलूका साहब जिहड़े परचे होए उह किसानां ते होए सर? नहीं देखो आम आदमी पार्टी च भी किसान ही है, कांग्रेस च भी किसान ही है, अकाली दल च भी किसान ही है, होर पार्टियां जिहड़ियां उन्हां च भी किसान ही है, किसान तां सारियां पार्टियां च ही है। नहीं किसानां ते फिर परचे रद्द करन दी मंग नहीं करूगा अकाली दल, क्योंकि हमेशा अकाली दल मंग करदा है किसानां ते परचे रद्द होने चाहिए है, इस मामले तुसीं बोलदे ही नहीं पाए मलूका साहब। अकाली दल किसानां ते परचे हमेशा ही कहिंदा वी नहीं होने चाहिए, ते हुण वी कहिंदे असीं किसानां ते परचे नहीं होने चाहिए, पर किसानां दे भेस दे विच जिहड़े चोर फिरदे आ इहनां ते हो जाण, सानूं कोई इतराज़ नहीं। नहीं कांग्रेस ये स्टेटमेंट दे रही है कि किसानों के परचे रद्द करके अकालिया के परचे होने चाहिए है, इस सवाल का की जवाब दोगे मलूका साहब? नहीं कांग्रेस तो अगे मुर्दा बोले खप्पड़ पाड़े, कांग्रेस ने कदे चंगा बोली अज तक? कांग्रेस ने तो बेड़ा गर्क करता देश का, 70 साल 75 साल 50 साल इन्होंने राज किया, देश मंगता बना छड़िया कांग्रेस ने, कांग्रेस ने मैं एक होर छोटा ब्रेक लैके मलूका साहब तुहाडे कोल वापस आ रहे हैं, होर सवाल भी होणगे मलूका साहब के कोल, क्योंकि सिकंदर सिंह मलूका खुद आपदे आप नूं किसान हताशी कहिंदे आ, ये वजीर भी रहे आ ते बादल परिवार के नेड़े भी है, पर इस वक्त सिकंदर सिंह मलूका जी टिकट का रौला पिया, करे जाके सिकंदर सिंह मलूका नूं मना लिया, किहड़ी मजबूरी सी जिहदे करके मलूका मन के अज नहीं दसन के, पर समा हुण ते दसनगे जरूर, क्योंकि मलूका साहब कदे कताई खुल के बोल जरूर दिंदे। वापस आ रहे एक बार फिर तुहाडा स्वागत करदे आ, सिकंदर सिंह मलूका साडे नाल ने। मलूका साहब सर एक लोकतंत्रिक प्रणाली हुंदी है पार्टियां दे विच, जिहड़ी तुसीं संविधान की गल की, साडे संविधान विच लिखिया होया कि परिवार दे विच एक टिकट देनी चाहीदी है, उस लोकतंत्रिक प्रणाली दे विचाले टिकटां दी वंड किवें कीती जा रही है? जिथे रैली हुंदी है उत्थे जाके अनाउंस किया जाता, जबकि एक पार्लीमानी बोर्ड है तुहाडा प्रोपर बनिया होया जिस दे विच सारियां बैठकां हुंदियां, तुसीं इह मुद्दा चुक्किया सी मलूका साहब, हुण मुद्दा छड्डता नहीं दित्ता? नहीं साडा कोई पार्लीमेंटरी बोर्ड नहीं हैगा बनिया होया, साढ़े बाकी सारे फोरम बने हुए ने। तो यह देखो ये अधिकार पार्लीमेंट जिहड़ा प्रधान दा ही हुंदा टिकटां देण दा, वह कई बार पार्लीमेंट दे विच रख लैंदे आ, कई बार अपने मर्जी दा दे लैंदे आ, सारियां पार्टियां प्रधानां कोल ही टिकटां अनाउंस करन दा अधिकार तां कल्ले प्रधान कोल ही हुंदा है, कई बार वह मीटिंगां करके उहनां दी रह लैंदे, कई वार अपने लैवल ते कर लैंदे आ, इह प्रधान दी मर्जी हुंदी है, जिहड़ी कम्म दी सौख लगे प्रधान नूं उस लोट उह प्रधान जी कर लैंदे। मलूका साहब मैनूं तुहाडी स्टेटमेंट नहीं भुलदी, तुसीं कहा सीगा कि प्रधान नूं आपदे फैसलियां ते गौर करना चाहिए, सलाह मशवरा सारा नाल करना चाहिए, मलूका साहब वो बयान बदल गए तुहाडे? नहीं मैं कदे बयान नहीं बदलदा, मैं हुण भी कहना है कि सलाह मशवरा चंगा हुंदा, हमेशा उहदा फायदा हुंदा है, सलाह मशवरा कदे माड़ा नहीं हुंदा, जे 5-4-7 बंदे बैठे आपां कोई उत्थे डिस्कस करांगे, उह सारी जे 7 बंदे उस ते सहमत हो गए तां मतलब बंदा सही है, ते कई वारी इक जदों कल्ला बंदा कोई फैसला करदा कई वारी नहीं भी सही तस्वीर सामने आउंदी। तो टिकटां दी कोई गल नहीं, प्रधान जी भी दे लैण, हाले टाइम साडे कोले बहुत पिया है, 4-5 महीने हैगे है, तो उन्ना चिर पता लग जू, जे कोई चेंज करन वाली है तां चेंज भी कर देनी चाहीदी है, कोई माड़ी गल नहीं हुंदी, जे कोई बंदा नहीं चलदा जिहनूं लोक नहीं चलदे उहनूं बदल भी देना चाहीदा, कोई माड़ी गल नहीं हैगी। तुसीं इस करके रैलियां पहलां शुरू कर लईआं, वाटर टैसट कर रहे हो कि अकाली दल दे लई लोकां दे मनां विच जगह हैगी है कि नहीं हैगी, इस लई पहलां प्रचार करना शुरू करता मलूका साहब?
प्रधान जी ने नवा काम किया, एक दिन सारा एक हलके नूं दिता है। अगे हुंदा सी एक दिन च तीन तीन रैलियां, ऐरकी एक दिन दिता सारा तड़के तो लैके रात तक। वो बनते हैं समझ लो भी चार महीनों के लगभग समा बढ़ता है जिहड़ा हैगा, ते इलैक्शन च रह गए तीन महीने ही, सितंबर अक्तूबर ते नवंबर दिसंबर चोण जाबता लग जाना है। इस करके वो टाइम च मसा ही पूरा आऊगा, बिच कई बार होर काम भी आ जाते हैं, लगातार रोज तो हुंदा नहीं ये प्रोग्राम, जिवें हुण 5-6 दिन बिजली छुट्टी होगी, सो ये टाइम तो पूरा भी नहीं होना इन्हें तो एक दिन ला के हल्के दे विच, ये तो साथों पूरा नहीं आना टाइम। नहीं किसान कहिंदे पे आ अकाली दल इन्नी काली क्यों पै गई, रैलियां थोड़ा जिहा देर ना कर लैंदे, पहला किसानां दा मोर्चा फतेह करा लो। किसानां दी इक्को गल दी चिंता, मोर्चा तो हुण पता नहीं फतेह होऊ कि नहीं होऊ, कि वेखो 10 महीने हो गए, 11 महीने हो गए, टस तो मस नहीं हो रही सेंटर सरकार, हुण तां 5-6 महीने हो गए, गलबात भी करन तो चुप करी बैठी है सेंटर दी सरकार। असीं तां मोर्चे ते कट्ठ दी गल असीं तुहानूं दस्सती वी महीने च चार पार्टियां चारां दी ड्यूटी ला दिया करन, 10-10 हज़ार बंदा उत्थे असीं भेज दिया करांगे, कोई फर्क नहीं पैंदा। नहीं उह तां शुरू तों इह गल कहिंदे आ कि असीं पोलिटिकल पार्टियां अग्गे तां कोई अरजोई नहीं करनी गी, ਪੋਲੀਟੀਕਲ ਪਾਰਟੀਆਂ ਨੂੰ ਤਾਂ ਅਸੀਂ ਕਹਿਣਾ ਜੀ ਬੰਦੇ ਭੇਜੋ, ਉਹ ਤਾਂ ਕਹਿੰਦੇ ਕਿਸਾਨ ਹੋਣ ਸਾਡਾ, ਫਿਰ ਸਾਡੇ ਨਹੀਂ, ਫਿਰ ਸਾਡੀਆਂ ਰੈਲੀਆਂ ਤੇ ਕਿਉਂ ਤਕਲੀਫ ਮੰਨਦੇ ਆ, ਫਿਰ ਉਹ ਜੀ ਆ ਗੱਲ ਕਹਿੰਦੇ ਆ, ਰੈਲੀਆਂ ਤੋਂ ਤਕਲੀਫ ਨਹੀਂ ਮੰਨਣੀ ਚਾਹੀਦੀ, ਉਹ ਆਪਦਾ ਕੰਮ ਕਰੀ ਜਾਂਦੇ ਆ, ਉਹਦੇ ਤੇ ਅਸੀਂ ਵੀ ਖੁਸ਼ ਆ, ਸਾਨੂੰ ਆਪਦਾ ਕਰਨ ਦੇਣ। ਮਲੂਕਾ ਸਾਹਿਬ ਉਹਨਾਂ ਦੇ ਇੱਕ ਬਿਆਨ ਹੋਰ ਹੈ ਮਿਸਟਰ ਰਾਜੇਵਾਲ ਦਾ, ਉਹ ਇਹ ਕਹਿੰਦੇ ਆ ਕਿ ਅਸੀਂ ਕਿਹਾ ਬੀਜੇਪੀ ਦਾ ਵਿਰੋਧ ਕਰਨਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ, ਤੁਸੀਂ ਵਾਰ ਵਾਰ ਆਪਦੀ ਸਟੇਟਮੈਂਟ ਵਿੱਚ ਵੀ ਇਹ ਗੱਲ ਕਹਿੰਦੇ ਹੋ ਮਲੂਕਾ ਸਾਹਿਬ, ਪਰ ਸਵਾਲ ਇਹ ਕਹਿੰਦੇ ਲੋਕ ਆਪ ਮਾਰੇ ਜੇ ਤੁਹਾਡੇ ਮਗਰ ਪੈ ਰਹੇ ਤਾਂ ਅਸੀਂ ਕੀ ਕਰ ਸਕਦੇ ਹਾਂ, ਸਾਰਾ ਕੁਝ ਜਿੰਮਾ ਸਾਡੇ ਸਿਰ ਤੋਂ ਥੋੜੀ ਤੁਸੀਂ ਸਿੱਟ ਦੋਗੇ, ਉਹ ਕਹਿੰਦੇ ਆ ਮਲੂਕਾ ਸਾਹਿਬ। ਨਹੀਂ ਫਿਰ ਇਹ ਨਾ ਬੋਲਣ ਜੇ ਕਿਸਾਨ ਸਾਡੇ ਪੂਰੇ ਆਪ ਮੁਹਾਰੇ, ਅਸੀਂ ਫਿਰ ਕਹਿੰਦੇ ਹਾਂ ਕਿਸਾਨ ਨਹੀਂ ਪੈਂਦੇ ਸਾਡੇ ਮਗਰ, ਕਿਸਾਨ ਸਾਡੇ ਨਾਲ, ਜਿਹੜੇ ਰੈਲੀ 'ਚ ਬੈਠੇ ਹੁੰਦੇ ਉਹ ਕੌਣ ਹੈ, ਉਹ ਹਜ਼ਾਰਾਂ ਬੰਦਾ ਉਹ ਕੌਣ ਹੈ, ਰੌਲਾ ਪਾਉਣ ਵਾਲਾ ਤਾਂ ਕਿਤੇ 100 ਆ, ਕਿਤੇ 150 ਆ, ਕਿਤੇ 200 ਆ, ਅੰਦਰ ਬੈਠਾ 10 ਹਜ਼ਾਰ ਬੰਦਾ, ਉਹ ਕਿਸਾਨ ਹੀ ਆ ਸਾਰੇ, ਉਹ ਕੌਣ ਹੈ। ਤੇ ਫਿਰ ਤੁਸੀਂ ਰੈਲੀਆਂ ਕੈਂਸਲ ਕਿਉਂ ਕਰਤੀਆਂ, 6-7 ਦਿਨ ਦਾ ਪ੍ਰੋਗਰਾਮ ਕਿਉਂ ਬਦਲਤਾ? ਅਸੀਂ ਕਿਸੇ ਟਕਰਾਅ 'ਚ ਨਹੀਂ ਪੈਣਾ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਕੋਈ ਟਕਰਾਅ ਸਾਡੀ ਵਜ੍ਹਾ ਨਾ ਹੋਵੇ, ਅਸੀਂ ਕਹਿੰਦੇ ਬੈਠ ਕੇ ਮਸਲਾ ਹੱਲ ਹੋ ਜੇ, ਅਸੀਂ ਕਮੇਟੀ ਬਣਾਤੀ, ਜਿਹੜੀ ਕੋਈ ਗੱਲ ਕਰਨੀ ਹੈ ਕਮੇਟੀ ਨਾਲ ਕਰ ਲਓ, ਸਵਾਲ ਪੁੱਛਣਾ ਇਹ ਤੋਂ ਪੁੱਛ ਲਓ, ਜੋ ਸਫਾਈ ਲੈਣੀ ਇਹ ਤੋਂ ਲੈ ਲਓ, ਕਮੇਟੀ ਜਿੱਥੇ ਕਹਿਣਗੇ ਉੱਥੇ ਜਾ ਵੜੂਗੀ, ਅਸੀਂ ਤਾਂ ਇਹ ਗੱਲ ਕੀਤੀ ਹੈ। ਨਹੀਂ ਤੁਸੀਂ ਕਮੇਟੀ ਬਣਾਤੀ, ਤੁਸੀਂ ਆਪਦੇ ਵੱਲੋਂ ਇੱਕ ਵੱਡਾ ਸਟੈਪ ਚੁੱਕਿਆ ਕਮੇਟੀ ਬਣਾਤੀ, ਪਰ ਤੁਹਾਡੇ ਵਿੱਚ ਆਪਸ ਵਿੱਚ ਕੋਈ ਤਾਲਮੇਲ ਹੀ ਹੈ ਨਹੀਂ ਗਾ ਕਿ ਗੱਲਬਾਤ ਕਿੱਥੇ ਹੋਊਗੀ, ਕੌਣ ਪਹਿਲ ਕਰੂਗਾ, ਕਿਹੜੀ ਮੀਟਿੰਗ ਦੀ ਥਾਂ ਹੋਊਗੀ, ਕਿਹੜੇ ਸਵਾਲ ਹੋਣਗੇ, ਕੋਈ ਇਸ ਬਾਬਤ ਕੋਈ ਚਰਚਾ ਨਹੀਂ ਹੋ ਰਹੀ ਮਲੂਕਾ ਸਾਹਿਬ? ਤੁਸੀਂ ਆਪਦੇ ਵੱਲੋਂ ਇਹ ਕਹਿਤਾ, ਉਹਨਾਂ ਨੇ ਕਹਿਤਾ ਜੀ ਉਹਨਾਂ ਨੇ ਬਣਾਈ ਹੈ, ਸਾਨੂੰ ਕੋਈ ਸੰਪਰਕ ਨਹੀਂ ਕੀਤਾ, ਤਾਲਮੇਲ ਨਹੀਂ ਸਾਡਾ? ਨਹੀਂ ਇਹ ਗੱਲ ਨਹੀਂ ਹੈਗੀ, ਸਾਡਾ ਕਿਸਾਨ ਯੂਨੀਅਨ ਦੇ ਲੀਡਰਾਂ ਨਾਲ ਸਾਰਿਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ, ਸੰਪਰਕ ਚੱਲਦਾ ਰਹਿੰਦਾ, ਇਹੋ ਜਿਹੀ ਗੱਲ ਨਹੀਂ ਕਿ ਸੰਪਰਕ ਨਹੀਂ ਹੈਗਾ। ਮੈਂ ਖੁਦ ਸਵਾਲ ਕੀਤਾ ਮਿਸਟਰ ਰਾਜੇਵਾਲ ਨੂੰ ਮਲੂਕਾ ਸਾਹਿਬ, ਮੈਂ ਤਾਂ ਹੀ ਤੁਹਾਨੂੰ ਸਵਾਲ ਕਰ ਰਿਹਾ, ਉਹ ਸਾਫ਼ ਤੌਰ ਤੇ ਕਹਿ ਰਿਹਾ ਕਿ ਸਾਡੇ ਨਾਲ ਕੋਈ ਤਾਲਮੇਲ ਨਹੀਂ ਹੈਗਾ, ਕੋਈ ਸੰਪਰਕ ਨਹੀਂ ਹੈਗਾ, ਤੁਸੀਂ ਕਹਿੰਦੇ ਸਾਰੀਆਂ ਜਥੇਬੰਦੀਆਂ ਨਾਲ ਸਾਡਾ ਸੰਪਰਕ ਹੈਗਾ? ਕਹਿੰਦਾ ਸਾਡਾ ਗੱਲਬਾਤ ਹੁੰਦੀ ਰਹਿੰਦੀ ਹੈ, ਸਾਰੇ ਲੀਡਰ ਸਾਨੂੰ ਜਾਣਦੇ ਨੇ, ਸਾਡਾ ਮੇਲ ਮਿਲਾਪ ਪਹਿਲਾਂ ਤੋਂ ਅੱਜ ਦਾ ਨਹੀਂ ਕੋਈ ਬੜਾ ਪੁਰਾਣਾ ਹੈਗਾ, ਸਾਰਿਆਂ ਨਾਲ ਸਾਰਿਆਂ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ, ਗੱਲਬਾਤ ਵੀ ਰਾਏ ਕਰਦੇ ਰਹਿੰਦੇ ਇੱਕ ਦੂਜੇ ਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕੋਈ ਨਾ ਤਾਲਮੇਲ ਹੈ। ਮਲੂਕਾ ਸਾਹਿਬ ਇੱਕ ਗਵਰਨਰੀ ਰਾਜ ਦੀ ਤੁਸੀਂ ਉਦਾਹਰਣ ਦਿੰਦੇ ਹੋ ਅਤੇ ਨਾਲ ਜੰਮੂ ਕਸ਼ਮੀਰ ਦਾ ਜ਼ਿਕਰ ਕਰਦੇ ਹੋ, ਉਹਦਾ ਮਾਇਨੇ ਕੀ? ਮੈਨੂੰ ਸਰ ਸਮਝ ਨਹੀਂ ਆਏ, ਤੁਸੀਂ ਜਦੋਂ ਜੰਮੂ ਕਸ਼ਮੀਰ ਦਾ ਜੰਮੂ ਕਸ਼ਮੀਰ ਦੀ ਗੱਲ ਕਰਦੇ, ਤੁਸੀਂ ਗੱਲ ਨਹੀਂ ਸਮਝੇ, ਵੋਟਾਂ 14 ਮਾਰਚ ਤੋਂ ਪਹਿਲਾਂ ਪੈਣੀਆਂ ਚਾਹੀਦੀਆਂ ਨੇ, 14 ਮਾਰਚ ਨੂੰ ਗਵਰਨਮੈਂਟ ਨੇ ਸਹੁੰ ਚੁੱਕੀ ਸੀ, ਜੇ 14 ਮਾਰਚ ਤਾਈਂ ਵੋਟਾਂ ਨਹੀਂ ਪੈਂਦੀਆਂ ਤੇ ਗਵਰਨਰੀ ਰੂਲ ਆਪੇ ਆਟੋਮੈਟਿਕ ਹੀ ਹੋਜੂਗਾ, ਜੇ ਚੋਣਾਂ ਨਹੀਂ ਹੁੰਦੀਆਂ ਫਿਰ ਗਵਰਨਰ ਰੂਲ ਆਪਣੇ ਆਟੋਮੈਟਿਕ ਹੀ ਹੋਜੂਗਾ ਜੇ 14 ਮਾਰਚ ਤਾਈਂ ਵੋਟਾਂ ਨਹੀਂ ਪੈਂਦੀਆਂ। ਤੇ ਜੇ ਇੱਥੇ ਟੈਨਸ਼ਨ ਰਹੀ, ਝਗੜੇ ਰਹੇ, ਪਹਿਲਾਂ ਬੀਜੇਪੀ ਨੂੰ ਨਹੀਂ ਕਰਨ ਦਿੱਤੀਆਂ, ਚਲੋ ਉਹਨਾਂ ਨਾਲ ਉਹਨਾਂ ਦਾ ਕਲੇਸ਼ ਹੈ, ਫਿਰ ਉਹ ਸਾਨੂੰ ਵੀ ਨਹੀਂ ਕਰਨ ਦਿੱਤੀਆਂ, ਫਿਰ ਤਾਂ ਬੀਜੇਪੀ ਨੂੰ ਬਹਾਨਾ ਤੇ ਆ ਗਿਆ, ਵੀ ਤਾਂ ਰੈਲੀਆਂ ਤਾਂ ਕਰਨ ਨਹੀਂ ਦਿੰਦੇ, ਚੋਣਾਂ ਕਿਵੇਂ ਹੋ ਜਾਣਗੀਆਂ, ਤੇ ਗਵਰਨਰੀ ਰਾਜ ਲਾ ਦੇਣਗੇ, ਉਹ ਤਾਂ ਬਹਾਨਾ ਭਾਲਦੇ ਲਾਉਣ ਨੂੰ, ਫਿਰ ਤਾਂ ਅਸੀਂ ਬੀਜੇਪੀ ਦੇ ਹੱਥਾਂ 'ਚ ਖੇਡਦੇ ਹਾਂ, ਜੇ ਅਸੀਂ ਸਾਰਾ ਇਹ ਲੜ ਲੜਾਈ ਸ਼ੁਰੂ ਕਰ ਲਈ ਤਾਂ ਫਿਰ ਬੀਜੇਪੀ ਦੇ ਹੱਥਾਂ 'ਚ ਗੇਮ ਗਈ। ਤੁਹਾਡੇ ਵਿਰੋਧੀ ਤਾਂ ਹਜੇ ਵੀ ਕਹਿੰਦੇ ਤੁਸੀਂ ਬੀਜੇਪੀ ਦੇ ਹੱਥਾਂ 'ਚ ਖੇਡਦੇ ਪਏ ਹੋ। ਚੱਲ ਵਿਰੋਧੀਆਂ ਨੇ ਕਦੇ ਚੰਗੀ ਗੱਲ ਕਰਨੀ ਹੁੰਦੀ ਹੈ, ਵਿਰੋਧੀਆਂ ਨੇ ਕਦੇ ਕਰੀ, ਅੱਜ ਤਾਈਂ ਚੰਗੀ ਕਰੀ, ਦੁਸ਼ਮਣ ਬਾਤ ਕਰੇ ਅੜਾਉਣੀ, ਦੁਸ਼ਮਣ ਨੇ ਕਦੋਂ ਚੰਗੀ ਗੱਲ ਕਰਨੀ ਹੁੰਦੀ ਹੈ। ਮਲੂਕਾ ਸਾਹਿਬ ਜੰਮੂ ਕਸ਼ਮੀਰ ਦੀ ਉਦਾਹਰਣ ਤੁਸੀਂ ਜਿਸ ਤਰੀਕੇ ਨਾਲ ਦਿੰਦੇ ਹੋ, ਤੁਸੀਂ ਕਿਹਾ ਵੀ ਤੁਸੀਂ ਕਹਿੰਦੇ ਹੋ ਕਿ ਜੰਮੂ ਕਸ਼ਮੀਰ ਵਾਂਗੂ ਇੱਥੇ ਗਵਰਨਰੀ ਰਾਜ ਹੋਜੂਗਾ, ਇੱਥੇ ਫੋਰਸ ਲੱਗ ਜੂਗੀ, ਸਰ ਉਹ ਮੈਂ ਸਮਝਣਾ ਚਾਹੁੰਦਾ ਤੁਸੀਂ ਪੰਜਾਬ 'ਚ ਪਹਿਲਾਂ 5 ਸਾਲ ਰਿਹਾ ਗਵਰਨਰੀ ਰਾਜ, ਜੰਮੂ ਕਸ਼ਮੀਰ ਦੀ ਛੱਡੋ, ਪੰਜਾਬ 'ਚ 5 ਸਾਲ ਗਵਰਨਰੀ ਰਾਜ ਲਾ ਕੇ ਸਾਨੂੰ ਬਹੁਤ ਕੁੱਟਿਆ ਕਾਂਗਰਸ ਨੇ, 5 ਸਾਲ ਗਵਰਨਰੀ ਰਾਜ ਰਿਹਾ ਇੱਥੇ, 87 ਤੋਂ ਲੈ ਕੇ 92 ਤਾਈਂ। ਨਹੀਂ ਮੈਂ ਤਾਂ ਸਵਾਲ ਕਰ ਰਿਹਾ ਜੰਮੂ ਕਸ਼ਮੀਰ ਨੂੰ ਕਿਸ ਸੰਦਰਭ ਵਿੱਚ ਤੁਸੀਂ ਲੈ ਰਹੇ ਹੋ ਸਰ? ਤੁਸੀਂ ਫਿਰ ਉਹੀ ਗੱਲ, ਮੈਂ ਕਹਿੰਦਾ ਗਵਰਨਰੀ ਰਾਜ ਪੰਜਾਬ 'ਚ ਰਿਹਾ 5 ਸਾਲ, ਅਸੀਂ ਵੇਖਿਆ ਕੁੱਟ ਬਹੁਤ ਪਈ ਆ ਸਾਡੇ ਤੇ, ਉਦੋਂ ਜੰਮੂ ਨਹੀਂ ਛੱਡੋ ਪਰੇ ਆਪਣੇ ਪੰਜਾਬ 'ਚ ਰਿਹਾ 97 ਤੋਂ ਲੈ ਕੇ 92 ਤਾਈਂ।
ਮਲੂਕਾ ਸਾਹਿਬ ਸਵਾਲ ਮੈਂ ਲੈ ਕੇ 87 ਤੋਂ ਲੈ ਕੇ ਮਲੂਕਾ ਸਾਹਿਬ ਸਵਾਲ ਮੈਂ ਇਸ ਕਰਕੇ ਕਰ ਰਿਹਾ ਹੁਣ ਵੀ ਫੋਰਸ ਉੱਤੇ ਬਹੁਤ ਲੱਗੀ ਹੋਈ ਹੈ ਧਾਰਾ 370 ਦੇ ਹੱਕ ਵਿੱਚ ਤੁਸੀਂ ਭੁਗਤੇ ਹੋ ਸਰ ਇਸ ਕਰਕੇ ਸਵਾਲ ਆ ਰਿਹਾ ਮਲੂਕਾ ਸਾਹਿਬ ਯਾਰ ਜੰਮੂ ਕਸ਼ਮੀਰ ਦੀ ਧਾਰਾ ਬੀਜੇਪੀ ਨੇ ਹਟਾਉਣੀ ਸੀ ਉਹਨਾਂ ਦੇ ਚੋਣ ਮੈਨੀਫੈਸਟੋ 'ਚ ਵਾਅਦਾ ਸੀ ਵਾਅਦਾ ਕਰਕੇ ਉਹਨੇ ਵੋਟਾਂ ਲਈਆਂ ਲੋਕਾਂ ਤੋਂ ਤੇ ਉਹਨਾਂ ਨੇ ਹਟਾਉਣੀ ਸੀ ਸਾਡ ਗਿਆ ਦੋ ਵੋਟਾਂ ਦਾ ਨਾ ਉਹ ਹਟਦੀ ਸੀ ਨਾ ਉਹ ਰਹਿੰਦੀ ਸੀ ਗੱਲ ਅਸੀਂ ਪੰਜਾਬ ਦੀ ਕਰਦੇ ਹਾਂ ਕਿ ਗਵਰਨੀ ਰਾਜ ਜਦੋਂ ਲਾ ਲੈਂਦੀ ਹੈ ਸੈਂਟਰ ਸਰਕਾਰ ਸਾਰੀਆਂ ਤਾਕਤਾਂ ਉਹਦੇ ਹੱਥ 'ਚ ਆ ਜਾਂਦੀਆਂ ਫਿਰ ਉਹ ਫੋਰਸਾਂ ਵੀ ਭੇਜਦੀ ਹੈ ਪੈਰਾਮਿਲਟਰੀ ਫੋਰਸਾਂ ਵੀ ਲਾ ਲੈਂਦੀ ਹੈ ਤੇ ਲੋਕਾਂ ਨੂੰ ਕੁੱਟ ਕੇ ਦਵਾ ਦਿੰਦੀ ਹੈ ਗੱਲ ਸੁਣਨ ਵਾਲਾ ਕੋਈ ਹੁੰਦਾ ਨਹੀਂ ਇਸ ਕਰਕੇ ਅਸੀਂ ਕਹਿੰਦੇ ਹਾਂ ਜੇ ਇਹ ਝਗੜੇ ਸਾਡੇ ਜਾਰੀ ਰਹੇ ਪੰਜਾਬ ਮੈਂ ਬਿਲਕੁਲ ਕਹਿਣਾ ਠੋਕ ਵਜਾ ਕੇ ਗਵਰਨੀ ਰੂਲ ਵੱਲ ਚਲਿਆ ਜਾਏਗਾ ਜੋ ਬੀਜੇਪੀ ਚਾਹੁੰਦੀ ਹੈ ਉਹ ਹੋ ਜਾਏਗਾ ਨਹੀਂ ਬੀਜੇਪੀ ਚਾਹੁੰਦੀ ਹੈ ਕਿ ਗਵਰਨੀ ਰਾਜ ਹੋ ਜਾਵੇ ਇੱਥੇ ਤੁਸੀਂ ਕਹਿ ਰਹੇ ਹੋ ਕਿ ਲਾ ਐਂਡ ਆਰਡਰ ਦੀ ਵਿਵਸਥਾ ਖਰਾਬ ਹੋਵੇ ਬੀਜੇਪੀ ਇਹ ਚਾਹੁੰਦੀ ਹੈ ਮਲੂਕਾ ਸਾਹਿਬ ਉਹਦੇ ਲਈ ਤਾਂ ਫਿਰ ਸਾਨੂੰ ਕੁਝ ਕਦਮ ਚੁੱਕਣੇ ਚਾਹੀਦੇ ਆ ਨਾ ਤੁਸੀਂ ਆਪਦੇ ਆਪ ਨੂੰ ਜਾਂ ਤਾਂ ਕੰਟਰੋਲ 'ਚ ਕਰੋ ਜਾਂ ਕਿਸਾਨ ਜਥੇਬੰਦੀਆਂ ਨਾਲ ਇਹੋ ਜਿਹਾ ਤਾਲਮੇਲ ਕਰੋ ਕਿ ਪੰਜਾਬ ਪੰਜਾਬ ਦੀ ਪਤਾ ਨਹੀਂ ਤਾਂ ਤੁਸੀਂ ਸਮਝ ਨਹੀਂ ਰਹੇ ਪਤਾ ਨਹੀਂ ਜਾਣ ਕੇ ਨਹੀਂ ਸਮਝ ਰਹੇ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕੀ ਕਹਿਣਾ ਚਾਹੁੰਦਾ ਜੀ 14 ਮਾਰਚ ਲਾਸਟ ਡੇਟ ਹੈ ਪੰਜਾਬ ਸਰਕਾਰ ਦੀ ਜੇ ਉਦੋਂ ਤਾਈਂ ਵੋਟਾਂ ਨਹੀਂ ਪੈਂਦੀਆਂ 14 ਮਾਰਚ ਤੋਂ 2-1.5 ਮਹੀਨਾ ਪਹਿਲਾਂ ਵੋਟਾਂ ਮੁਕੰਮਲ ਹੋ ਜਾਣੀਆਂ ਚਾਹੀਦੀਆਂ ਨੇ ਜੇ ਨਹੀਂ ਹੋਣਗੀਆਂ ਤਾਂ ਗਵਰਨੀ ਰਾਜ ਆਟੋਮੈਟਿਕ ਹੀ ਨਹੀਂ ਲੱਗ ਜੂਗਾ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਦੀ ਜੇ ਚੋਣਾਂ ਨਹੀਂ ਹੁੰਦੀਆਂ ਸਰ ਜੇ ਆ ਰੌਲੇ ਰਹੇ ਚੋਣਾਂ ਹੋਣੀਆਂ ਹੀ ਨਹੀਂ ਸਰ ਕਿਸਾਨਾਂ ਨੇ ਇਹ ਨਹੀਂ ਕਿਹਾ ਸਰ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਕਿਸਾਨ ਕਹਿੰਦੇ ਆ ਰੁਕ ਜਾਓ ਫਿਲਹਾਲ ਇਹ ਕਹਿ ਰਹੇ ਆ ਕਿਸਾਨਾਂ ਨੂੰ ਕਿਸਾਨਾਂ ਰੁਕਣ ਦਾ ਮਤਲਬ ਕੀ ਹੋਇਆ ਫਿਰ ਵੀ ਰੁਕ ਜਾਓ ਫਿਰ ਚੋਣਾਂ ਨਹੀਂ ਲੜਦੀਆਂ ਰੁਕ ਜਾਓ ਇਹੀ ਮਤਲਬ ਹੈ ਫਿਰ ਹੋਰ ਕੀ ਹੋਇਆ ਤੁਸੀਂ ਇਸ ਨੂੰ ਇਸ ਮਤਲਬ ਵਜੋਂ ਕਿਉਂ ਦੇਖ ਰਹੇ ਹੋ ਜੇ ਕੋਈ ਇਹਨਾਂ ਦੀ ਗੱਲਬਾਤ ਕਿਸਾਨਾਂ ਦੀ ਮੁੱਕਦੀ ਹੈ ਅਸੀਂ ਤਾਂ ਵੈਲਕਮ ਕਰਾਂਗੇ ਮਕਾਉਣੀ ਚਾਹੀਦੀ ਹੈ ਸੈਂਟਰ ਗਵਰਨਮੈਂਟ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਗੱਲ ਕਰਕੇ ਮਕਾਉਣੀ ਚਾਹੀਦੀ ਹੈ ਨਹੀਂ ਮੁੱਕਦੀ ਤਾਂ ਬਈ ਫਿਰ ਹੁਣ ਅਸੀਂ ਤਾਂ ਕੀ ਕਰ ਸਕਦੇ ਹਾਂ ਫਿਰ ਤਾਂ ਹੁਣ ਕਿਸਾਨਾਂ ਦਾ ਮਸਲਾ ਹੈ ਤੇ ਸੈਂਟਰ ਗਵਰਨਮੈਂਟ ਦਾ ਮਸਲਾ ਅਸੀਂ ਕਿਸਾਨਾਂ ਨਾਲ ਹੈ ਤੁਸੀਂ ਇਹਦਾ ਹੱਲ ਕਿਵੇਂ ਦੇਖਦੇ ਹੋ ਮਲੂਕਾ ਸਾਹਿਬ ਇੱਕ 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 ਸਲਾਹ ਦਿੱਤੀ ਜਾ ਰਹੀ ਹੈ ਕਿ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਉਹ ਇਕੱਠੀਆਂ ਹੋ ਕੇ ਇੱਕ ਵਫਦ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਤੇ ਕਿਸਾਨਾਂ ਦੀ ਗੱਲਬਾਤ ਸ਼ੁਰੂ ਕਰਵਾਉਣ ਜਾਂ ਇੱਕ ਹੱਲ ਇਹ ਦੱਸਿਆ ਜਾ ਰਿਹਾ ਕਿ ਤੁਸੀਂ ਦਿੱਲੀ ਦਾ ਇੱਕ ਮੋਰਚਾ ਸਾਂਭ ਲਓ ਸਾਰੇ ਜਾਣੇ ਇਕੱਠੇ ਹੋ ਕੇ ਬਾਕੀ ਦਿੱਲੀ ਦੇ ਬਾਰਡਰ ਵੀ ਕੋਈ ਖਾਲੀ ਪਏ ਉੱਥੇ ਜਾ ਕੇ ਬੈਠ ਜਾਓ ਇਹ ਦੋ ਤਰ੍ਹਾਂ ਦੇ ਹੱਲ ਵੱਡੇ ਦੱਸੇ ਜਾ ਰਹੇ ਆ ਤੁਸੀਂ ਕਿਸ ਹੱਲ ਨਾਲ ਤੁਰਨਾ ਚਾਹੁੰਦੇ ਹੋ ਅਸੀਂ ਤਾਂ ਸਾਰੇ ਹੱਲਾਂ ਨਾਲ ਤੁਰਨ ਨੂੰ ਤਿਆਰ ਹੈ ਅਸੀਂ ਮੁੱਖ ਮੰਤਰੀ ਜੀ ਅਗਵਾਈ ਕਰਨ ਅਸੀਂ ਨਾਲ ਜਾਣ ਨੂੰ ਤਿਆਰ ਹੈ ਪ੍ਰਧਾਨ ਮੰਤਰੀ ਦੇ ਘਰ ਮੂਹਰੇ ਧਰਨਾ ਲਾਉਣਾ ਅਸੀਂ ਤਾਂ ਵੀ ਤਿਆਰ ਹੈ ਚੱਲ ਕੇ ਕਰਨ ਅਗਵਾਈ ਮੁੱਖ ਮੰਤਰੀ ਜੀ ਜੇ ਤੁਸੀਂ ਕਰ ਲਓ ਕਿਉਂਕਿ ਤੁਸੀਂ ਹਮੇਸ਼ਾ ਖੇਤਰੀ ਧਿਰ ਵਜੋਂ ਆਪਦੇ ਆਪ ਨੂੰ ਪ੍ਰਭਾਸ਼ਿਤ ਕੀਤਾ ਹੈ ਮੋਰਚਿਆਂ ਦਾ ਇਤਿਹਾਸ ਰਿਹਾ ਤੁਹਾਡੀ ਤੁਹਾਡੀ ਪਾਰਟੀ ਦਾ ਮਲੂਕਾ ਸਾਹਿਬ ਹੈਲੋ ਮਲੂਕਾ ਸਾਹਿਬ ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ ਆ ਰਹੀ ਆ ਹਾਂ ਮਲੂਕਾ ਸਾਹਿਬ ਤੁਹਾਡੀ ਪਾਰਟੀ ਦਾ ਬਹੁਤ ਵੱਡਾ ਇਤਿਹਾਸ ਹੈ ਮੋਰਚਿਆਂ ਦਾ ਇਤਿਹਾਸ ਰਿਹਾ ਤੁਹਾਡੀ ਪਾਰਟੀ ਦਾ ਇੱਕ ਖੇਤਰੀ ਧਿਰ ਵਜੋਂ ਤੁਸੀਂ ਕਿਸਾਨ ਹਿਤੈਸ਼ੀ ਆਪਦੇ ਆਪ ਨੂੰ ਕਹਿੰਦੇ ਰਹੇ ਹੋ ਸਾਰੀਆਂ ਖੇਤੀ ਧਿਰਾਂ ਨੂੰ ਇਕੱਠਾ ਕਿਉਂ ਨਹੀਂ ਕਰ ਪਾਏ ਤੁਸੀਂ ਮਲੂਕਾ ਸਾਹਿਬ ਹੈਲੋ ਮਲੂਕਾ ਸਾਹਿਬ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਹੈਲੋ ਮਲੂਕਾ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਨੈਟਵਰਕ ਦੇ ਵਿੱਚ ਕੋਈ ਦਿੱਕਤ ਆ ਗਈ ਹੈ ਅਤੇ ਉਸੇ ਸਵਾਲ ਦੇ ਵਿੱਚ ਦਿੱਕਤ ਆਈ ਹੈ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਖੇਤਰੀ ਧਿਰ ਵਜੋਂ ਇੱਕ ਵੱਡਾ ਨੈਟਵਰਕ ਸਥਾਪਿਤ ਕਰਨਾ ਚਾਹੀਦਾ ਸੀਗਾ ਹੁਣ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਮੁੱਦੇ 'ਤੇ ਕਿਹੜਾ ਹੱਲ ਕੱਢੇਗਾ ਟਿਕਟਾਂ ਦੀ ਟੈਨਸ਼ਨ ਵਾਲਾ ਮੁੱਦਾ ਉਹ ਕਿਸ ਤਰੀਕੇ ਨਾਲ ਹੱਲ ਕਰਨਗੇ ਇਹ ਇੱਕ ਵੱਖਰਾ ਸਵਾਲ ਹੈ ਪਾਰਟੀ ਦਾ ਇੰਟਰਨਲ ਮਾਮਲਾ ਹੈਗਾ ਪਰ ਕਿਸਾਨਾਂ ਦਾ ਮਾਮਲਾ ਬਹੁਤ ਵੱਡਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਪੂਰੇ ਮਾਮਲੇ 'ਤੇ ਸਭ ਕੁਝ ਸਟੇਕ 'ਤੇ ਲੱਗਾ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹ ਦਾਅਵਾ ਕਰਦਾ ਕਿ ਅਸੀਂ ਕਿਸਾਨਾਂ ਦੇ ਮੁੱਦੇ 'ਤੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕੁਰਸੀ ਛੱਟੀ ਹੈ ਪਰ ਹੁਣ ਕਿਸਾਨ ਹਜੇ ਵੀ ਉਹਨਾਂ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ 'ਤੇ ਇਸ ਕੰਪੇਨ 'ਤੇ ਵੀ ਸਵਾਲ ਉੱਠਦੇ ਪਏ ਆ ਉਸੇ ਬਾਬਤ ਮਿਸਟਰ ਮਲੂਕਾ ਤੁਸੀਂ ਸਵਾਲ ਜਵਾਬ ਦਿੱਤੇ ਆ ਇਹ ਸਵਾਲ ਜਵਾਬ ਤੁਹਾਨੂੰ ਕਿਵੇਂ ਲੱਗੇ ਤੁਸੀਂ ਆਪਣੀ ਰਾਏ ਜ਼ਰੂਰ ਦੱਸਣਾ ਬਹੁਤ ਧੰਨਵਾਦ